ਅੰਬਰਾਂ ਦੇ ਤਾਰੇ ਕੰਬ ਉੱਠਦੇ ਜਦੋਂ ਵਰਕਾ ਇਤਿਹਾਸ ਦਾ ਖੁੱਲਦਾ ਏ। ਦੁਨੀਆ ਉਸ ਸਥਾਨ ਨੂੰ ਪੂਜਦੀ ਏ ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ ਏ। ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲ ਉਸ ਥਾਂ ਆਣ ਕੇ ਚਹਿਕਦੀ ਏ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ। ਫਸਲ ਉੱਥੇ ਗੁਲਾਬ ਦੀ ਮਹਿਕਦੀ ਏ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਆਪਣੇ ਧਰਮ ਦੀ ਇੱਕ ਇੱਕ ਮੰਗ ਉੱਤੇ। ਮੰਜ਼ਲ ਸਿੱਖੀ ਦੀ ਸੰਗਤੇ ਬੜੀ ਔਖੀ, ਘਾਟੀਆਂ ਔਖੀਆਂ ਚੜ੍ਹਨੀਆਂ ਪੈਂਦੀਆਂ ਨੇ, ਚੱਬਣੇ ਪੈਂਦੇ ਪੱਥਰ ਰੱਬ ਦੇ ਆਸ਼ਕਾਂ ਨੂੰ, ਭੁੱਖਾ ਲੰਮੀਆਂ ਜਰਨੀਆਂ ਪੈਂਦੀਆਂ ਨੇ। ਇਹ ਕੋਈ ਚਨਾ ਨਹੀਂ ਤਰਜੂ ਹਰ ਸੋਹਣੀ, ਇੱਥੇ ਨਦੀਆਂ ਖੂਨ ਦੀਆਂ ਤਰਨੀਆਂ ਪੈਂਦੀਆਂ ਨੇ। ਇੱਥੇ ਕੰਮ ਕੀ ਦੁਨੀਆਂ ਦੀਆਂ ਦੌਲਤਾਂ ਦਾ, ਫੀਸਾਂ ਸਿਰਾਂ ਦੀਆਂ ਭਰਨੀਆਂ ਪੈਂਦੀਆਂ ਨੇ। ਇੱਥੇ ਕੰਮ ਕੀ ਚੁਗਲਖੋਰ ਬੰਦਿਆਂ ਦਾ, ਗੱਲਾਂ ਮੂੰਹ 'ਤੇ ਖਰੀਆਂ ਕਰਨੀਆਂ ਪੈਂਦੀਆਂ ਨੇ। ਜਦੋਂ ਜਗਦੀ ਸ਼ਮਾ ਆਜ਼ਾਦੀ ਦੀ, ਭਗਤਾਂ ਨੂੰ ਸੜਨਾ ਪੈਂਦਾ ਏ। ਦਿੱਲੀ 'ਚ ਵਾਂਗ ਦਿਆਲੇ ਦੇ ਟੇਕਾਂ ਵਿੱਚ ਖੜਨਾ ਪੈਂਦਾ ਏ, ਤਵੀਆਂ 'ਤੇ ਬਹਿਣਾ ਪੈਂਦਾ ਏ, ਕੰਧਾਂ ਵਿੱਚ ਖੜਨਾ ਪੈਂਦਾ ਏ, ਤੰਗ ਆ ਕੇ ਜੂਨ ਗੁਲਾਮੀ ਤੋਂ ਲੜ ਮੌਤ ਦਾ ਫੜਨਾ ਪੈਂਦਾ ਏ। ਜਦੋਂ ਗੈਰਤ 'ਤੇ ਅਣਖ ਜਵਾਬ ਦੇ ਜੇ, ਜਦੋਂ ਗੈਰਤ 'ਤੇ ਅਣਖ ਜਵਾਬ ਦੇ ਜੇ, ਜਦੋਂ ਨਾਦ ਨਾ ਰਹੇ ਨਦਾਨਿਆਂ 'ਤੇ, ਉਦੋਂ ਚੰਗੀ ਲੱਗੇ ਨਾ ਅਕਲ ਦੀ ਗੱਲ ਕੋਈ, ਆਸ ਰਹਿ ਜਾਂਦੀ ਇੱਕੋ ਕੁਰਬਾਨੀਆਂ 'ਤੇ। ਆਓ ਗੁਰੂ ਪਿਆਰਿਓ, ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਹੇਮਕੁੰਟ ਦੇ ਵਾਸੀ ਪਰਮਾਤਮਾ ਦਾ ਪੁੱਤਰ ਮਾਤਾ ਗੁਜਰੀ ਦਾ ਲਖਤੇ ਜ਼ਿਕਰ, ਗੁਰੂ ਤੇਗ ਬਹਾਦਰ ਦਾ ਲਾਡਲਾ, ਕਵੀਆਂ ਦਾ ਕਦਰਦਾਨ ਸਰਬੰਸਦਾਨੀ, ਟੱਠੀਆਂ ਨੂੰ ਸੀਨੇ ਨਾ ਲਾਉਣ ਵਾਲਾ, ਸਿਰ 'ਤੇ ਛਤਰ ਚਲਾਉਣ ਵਾਲਾ, ਦਸਮ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ ਫਤਿਹ, ਮੈਂ ਤੁਹਾਨੂੰ ਬੁਲਾਈ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ ਅਤੇ ਤੁਹਾਡੀ ਹਾਜ਼ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਲੱਗਣੀ ਚਾਹੀਦੀ ਹੈ। ਦੁਬਾਰਾ ਫਿਰ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ, ਅਸੀਂ ਇੱਥੇ ਸੌਣ ਵਾਸਤੇ ਨਹੀਂ ਆਏ, ਨਾ ਇੱਥੇ ਬਹਿਣ ਵਾਸਤੇ ਆਏ ਹਾਂ, ਗੁਰੂ ਗੋਬਿੰਦ ਸਿੰਘ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਆਏ ਹਾਂ। ਦੁਬਾਰਾ ਫਿਰ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਗੱਲ ਦਾ ਸੰਗਤ 'ਤੇ ਕੋਈ ਅਸਰ ਨਹੀਂ, ਤੇਰੇ ਵਰਗਾ ਇਸ ਧਰਤੀ 'ਤੇ ਹੋਰ ਨਾ ਕੋਈ ਆਇਆ, ਅਕਾਲ ਪੁਰਖ ਦੀ 11 ਮੂਰਤ ਗੁਰੂ ਗੋਬਿੰਦ ਕਹਾਇਆ। ਇੱਕ ਮੁਸਲਮਾਨ ਫਕੀਰ ਲਿਖਦਾ, ਕਹਿੰਦਾ ਕਲਗੀਆਂ ਵਾਲਿਆ, ਇੱਕ ਦਿਨ ਮੇਰਾ ਚਿੱਤ ਕੀਤਾ ਮੈਂ ਤੇਰੇ ਜੀਵਨ ਦੇ ਪ੍ਰਥਾਏ ਕੁਝ ਲਿਖਾਂ। ਕਹਿੰਦਾ ਜਦੋਂ ਮੈਂ ਸੋਚਿਆ ਨਾ ਲਿਖਾਂ, ਕਹਿੰਦਾ ਜਦੋਂ ਲਿਖਣ 'ਤੇ ਗੱਲ ਆਈ, ਕਹਿੰਦਾ ਕਲਗੀਆਂ ਵਾਲਿਆ ਜਦ ਤੂੰ ਕਲਮ ਚੱਕੀ ਤਾਂ ਬੜੇ ਬੜੇ ਵਿਦਵਾਨਾਂ ਦੇ ਹੱਥੋਂ ਕਲਮਾਂ ਜ਼ਮੀਨ 'ਤੇ ਪੁੰਜੇ ਜਾ ਪਈਆਂ। ਫਿਰ ਕਹਿੰਦਾ ਕਲਗੀਆਂ ਵਾਲਿਆ ਜਦ ਮੈਂ ਤੇਰਾ ਜੀਵਨ ਕਿਸੇ ਵਿਦਵਾਨ ਦੀ ਪੱਖੋਂ ਲਿਖਣ ਲੱਗਦਾ ਤਾਂ ਮੇਰੇ ਹੱਥੋਂ ਕਲਮ ਜ਼ਮੀਨ 'ਤੇ ਪੁੰਜੇ ਜਾ ਪੈਂਦੀ ਹੈ। ਫਿਰ ਕਹਿੰਦਾ ਕਲਗੀਆਂ ਵਾਲਿਆ ਜਦ ਮੈਂ ਤੇਰੇ ਹੱਥ ਵਿੱਚ ਤਲਵਾਰ ਤੱਕਦਾ ਤਲਵਾਰ, ਅਤੇ ਮੇਰਾ ਚਿੱਤ ਕਰਦਾ ਮੈਂ ਤੇਰਾ ਜੀਵਨ ਕਿਸੇ ਸੂਰਮੇ ਦੀ ਪੱਖੋਂ ਲਿਖਾਂ, ਕਿਸੇ ਯੋਧੇ ਦੀ ਪੱਖੋਂ ਲਿਖਾਂ। ਪਰ ਕਲਗੀਆਂ ਵਾਲਿਆ ਜਦ ਤੂੰ ਤਲਵਾਰ ਚੱਕੀ ਤਾਂ ਬੜੇ ਬੜੇ ਸੂਰਮਿਆਂ ਦੇ ਹੱਥੋਂ ਤਲਵਾਰਾਂ ਜ਼ਮੀਨ 'ਤੇ ਪੁੰਜੇ ਜਾ ਪਈਆਂ। ਫਿਰ ਕਹਿੰਦਾ ਕਲਗੀਆਂ ਵਾਲਿਆ ਜਦ ਮੈਂ ਤੈਨੂੰ ਅਨੰਦਪੁਰ ਦੇ ਤਖ਼ਤ 'ਤੇ ਬੈਠਾ ਤੱਕਦਾ ਨਾ, ਅਤੇ ਮੇਰਾ ਚਿੱਤ ਕਰਦਾ ਮੈਂ ਤੇਰਾ ਜੀਵਨ ਕਿਸੇ ਰਾਜੇ ਮਹਾਰਾਜੇ ਦੀ ਪੱਖੋਂ ਲਿਖਾਂ। ਪਰ ਕਲਗੀਆਂ ਵਾਲਿਆ ਮੇਰੀ ਸੋਚਣ ਸ਼ਕਤੀ
इतनी कमजोर हो जांदी अगे काम ही नहीं करती, तेरे वर्गा राजा महाराजा दुनिया ते नजर ही नहीं आता। फिर कहिंदा कलगियां वालिया जद मैं तेरा जीवन किसे दानी दी पक्खो लिखन लगदा ता तेरे दान दी हद नहीं रहिंदी। ओ किते 9 साल दी उम्र विच जदू तू आप 9 साल दा होया हिंदू धर्म दी राखी वास्ते अपना बापू आनंदपुर दी धरती तो दिल्ली नू तोरिया। जे चारे साहबजादियां विचों एक साहबजादे दी उम्र 9 साल दी होई ते चारे पुत्तर ही कुर्बान करते। फिर कहिंदा कलगियां वालिया जद मैं तेनू माछीवाड़े दे जंगलां च तकदा ना तेरे सिर ते ताज नहीं हुंदा, हाथ ते बाज नहीं हुंदा, चरना विच जोड़ा नहीं, कोल लीला घोड़ा नहीं, जाना तो प्यारे सिंह ते जाना तो प्यारे पुत्र कोल नहीं। फिर कहिंदा कलगियां वालिया मेरा चित करदा मैं तेरा जीवन किसे फकीर दी वजो लिखा, पर कलगियां वालिया मेरी सोचन शक्ति इतनी कमजोर हो जांदी अगे काम ही नहीं करती, इत्थे आके मैं कहन लई मजबूर हो जाना ना कोई होया ते ना किसे होना, गुरु दश मेष वर्गा गुरु दी जे लोड़ होवे गुरु भी अजिहा होवे जैसे दशमेष माता गुजरी के लाल जी किसे बे औलादे दे औलाद ना ना होवे। दुनिया दे लोकी कहंदे ने बे औलादियां दा दुनिया ते ना नहीं रहना। ओ कलगियां वालिया करा की सिफत तेरी की कोतक रचा गया तू, लाल वारने दी ऐसी तरतीब सोची जोड़ा जोड़ा एक बना गया तू, एक जोड़ा चमकोर च वारने लई एक जोड़ा सरहंद च ना गया तू, रोशन करन लई भारत दे चार कोने अपना चौतरफा दीवा बुझा गया तू। कलगियां वालिया करा की सिफत तेरी वार पर वार देवे बच्चियां समेत सारा हिंद देश उत्तों कुर्बान वाल वाल जी गुरु की संगत आपने कई बारी सुनिया जदों भाई जोगा काम वासना दे हड़ विच हड़िया जा रहा सी ना, भाई जोगा वेसवा दे द्वारे 5वीं पौड़ी ते खड़ा सी, गुरु गोबिंद सिंह महाराज अपने बड़प्पन की परवाह ना करते हुए भाई जोगे दे पैरेदार बन के 7वीं पौड़ी ते खड़े सन। गुरु अपने सिख नूं बचाण वास्ते एक वेसवा दा पैरेदार ते बन सकदा है, पर अज दा सिख अपने जीवन नूं बचाण वास्ते अमर छक के कलगी धर दा सिख नहीं बन सकदा। सारी रात पैरा देवे आप चौंकी दार बन के, ना कहूँ मैं जबकि ना कहूँ मैं तबकी, ना कहूँ मैं जबकि ना कहूँ मैं तबकि, और बात कहूँ मैं अब की, अगर ना होते गुरु गोबिंद सिंह सुन्नत होती सबकी, माफ करना अज हिंदुओं के सिर ते बोधियां नज़र ना आंदियां, अज सिखां दे सिर ते केस नज़र ना आंदे, तेग बहादुर हिंद दी चादर जे ना दिल्ली आंदे, तेग बहादुर हिंद दी चादर जे ना दिल्ली आंदे, अज हिंदुओं के गल जंजू ना आंदे ते सिख ना गात्रे पौंदे। माफ करना पुरातन सिखां ते अज दे सिखां च की फर्क है, पुरातन सिख ओ करदे सन जो गुरु साहब कहंदे सन, पर अज दा सिख कहंदा गुरु ओ करे जो मैं कहना। कदे समा सी कौम गरीब सी, खुशी इस गल दी सी जदों कौम गरीब सी सिखी बड़ी अमीर सी खालसा जी। एक दिन कौम ते ऐसा भी आया इको दिन 50,000 सिख दा कतल किया गया अहमद शाह अबदाली दे समय। कदे समा सी कौम गरीब सी, खुशी इस गल दी सी जदों कौम गरीब सी सिखी बड़ी अमीर सी खालसा जी। बंद बंद कट्टे गए भाई मणि सिंह वर्गियां दे, खोपर लै गए भाई तारू सिंह वर्गियां दे, बिना सिर तो लड़दे रहे ने बाबा दीप सिंह वर्गे। ओ कदे समा सी कौम गरीब सी, अज रोना इस गल दा अज कौम अमीर होगी ते सिखी गरीब होगी। साडा बने ते बने की गुरु की संगत। कबीर साचा सतगुरु क्या करे
ਜੋ ਸਿੱਖਾ ਮੈਂ ਚੂਕ ਅੰਦੇ ਇੱਕ ਨਾ ਲੱਗ ਗਈ ਜੇ ਬਾਂਸ ਵਜਾਈਏ ਫੂਕ। ਅੱਜ ਕਿਸੇ ਨੂੰ ਕਹੀਏ ਨਾ ਨਾਮ ਜਪੋ ਭਜਨ ਕਰੋ ਸਿਮਰਨ ਕਰੋ ਗੁਰੂ ਕੀ ਸੰਗਤ ਜਵਾਬ ਪਤਾ ਕੀ ਮਿਲਦਾ ਕਰੇ ਕਰਾਏ ਆਪੇ ਆਪ। ਪਹਿਲੀ ਗੱਲ ਤਾਂ ਬਾਣੀ 'ਚ ਤੁੱਕ ਹੈ ਹੀ ਨਹੀਂ, ਇਹ ਖਾਣ ਪੀਣ ਵਾਲੇ ਆਪਣੇ ਕੋਲੋਂ ਬਣਾਈ ਜਾਂਦੇ ਨੇ। ਕਹਿੰਦੇ ਜੇ ਪਰਮੇਸ਼ਰ ਨੇ ਨਾਮ ਜਪਾਉਣਾ ਹੋਇਆ ਤਾਂ ਜਪ ਲਵਾਂਗੇ, ਜੇ ਪਰਮੇਸ਼ਰ ਨੇ ਅੰਮ੍ਰਿਤ ਛਕਾਉਣਾ ਹੋਇਆ ਤਾਂ ਛੱਕ ਲਵਾਂਗੇ, ਜੇ ਪਰਮੇਸ਼ਰ ਨੇ ਅੰਮ੍ਰਿਤ ਵੇਲੇ ਜਗਾਉਣਾ ਹੋਇਆ ਤਾਂ ਜਾਗ ਪਵਾਂਗੇ। ਜੇ ਭਲਾ ਇਹਨਾਂ ਨੂੰ ਪੁੱਛੀਏ ਜੇ ਪਰਮੇਸ਼ਰ ਨੇ ਸ਼ਰਾਬ ਪਿਲਾਉਣੀ ਹੋਈ ਤਾਂ ਪੀ ਲਾਂਗੇ, ਪਰਮੇਸ਼ਰ ਨੇ ਟੀਵੀ ਦਿਖਾਉਣਾ ਹੋਇਆ ਤਾਂ ਦੇਖ ਲਵਾਂਗੇ। ਕਈ ਤਾਂ ਕਹਿੰਦੇ ਨੇ ਬਾਣੀ 'ਤੇ ਪੜ੍ਹੀਏ ਮਨ ਨਹੀਂ ਜੁੜਦਾ। ਕੌਣ ਕਹਿੰਦਾ ਮਨ ਨਹੀਂ ਜੁੜਦਾ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੋਵੇਂ ਬਾਹਾਂ ਖੜੀਆਂ ਕਰਕੇ ਕਹਿ ਦਈਏ ਜਦ ਟੀਵੀ ਦੇਖਦੇ ਹੋ ਮਨ ਦੌੜਦਾ, ਜਦ ਸਿਨੇਮਾ ਦੇਖਦੇ ਹੋ ਮਨ ਦੌੜਦਾ। ਉਹ ਕੁੱਤ ਖਾਨਾ ਟੀਵੀ ਸਿਨੇਮਾ ਹੈ ਕੁਝ ਨਹੀਂ, ਉਹਦਾ ਅਸਰ ਵੇਖ ਲਓ। ਗੁਰੂ ਗ੍ਰੰਥ ਸਾਹਿਬ ਹੈ ਸਭ ਕੁਝ ਪਰ ਇਹਦਾ ਅਸਰ ਕੋਈ ਨਹੀਂ। ਤੁਸੀਂ ਕਹੋਗੇ ਉਹ ਕਿਵੇਂ? ਹੁਣ ਇਹ ਤਾਂ ਦੱਸਣਾ ਪਵੇਗਾ ਨਾ, ਗੁਰੂ ਗ੍ਰੰਥ ਸਾਹਿਬ ਹੈ ਸਭ ਕੁਝ ਪਰ ਇਹਦਾ ਅਸਰ ਕੋਈ ਨਹੀਂ। ਉਹ ਕੁੱਤ ਖਾਨਾ ਟੀਵੀ ਸਿਨੇਮਾ, ਟੀਵੀ ਦੀ ਸਕਰੀਨ ਜਾਂ ਪਰਦੇ 'ਤੇ ਹੱਥ ਮਾਰੋ, ਹੱਥ ਵਿੱਚ ਕੁਝ ਆਉਂਦਾ ਨਹੀਂ ਨਾ ਆਉਂਦਾ, ਉਹਦਾ ਅਸਰ ਵੇਖਣਾ। ਜੇ ਹੇਮਾ ਮਾਲੀ ਨੇ ਅੱਧੀ ਗੁੱਤ ਵੱਡੀ ਨਾ, ਸਾਡੀਆਂ ਭੈਣਾਂ ਜੜੋ ਹੀ ਵੜਤੀ ਸਿਆਪਾ ਹੀ ਨਿਬੇੜਤਾ। ਕਈ ਪੜ੍ਹੇ ਲਿਖੇ ਸੱਜਣ ਮੁਰਗੀਆਂ ਪਾਈ ਫਿਰਦੇ ਨੇ, ਇਹ ਪੰਜਾਬ ਦੇ ਹਾਲਾਤ ਨੇ। ਕਈ ਪੜ੍ਹੇ ਲਿਖੇ ਸੱਜਣ ਮੁਰਗੀਆਂ ਪਾਈ ਫਿਰਦੇ ਨੇ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਮੁਲਤਾਨ ਦੀ ਜੰਗ ਸਮੇਂ ਹਰੀ ਸਿੰਘ ਨਲੂਏ ਨੇ ਮਾਰ ਮਾਰ ਪਠਾਨਾਂ ਦੀ ਬੰਬ ਬੁਲਾਤੀ, ਆਂਦਾ ਪਾਓ ਸੁੱਥੋਂ। ਉਹਨੇ ਸੁੱਥਣਾਂ ਵੀ ਪਵਾਈਆਂ ਸਨ, ਉਹਨੇ ਸਲਵਾਰਾਂ ਵੀ ਪਵਾਈਆਂ ਸਨ। ਮੁਰਗੀਆਂ ਤਾਂ ਅਸੀਂ ਵੀ ਪਾਲੀਆਂ ਪੰਜਾਬ ਵਾਲਿਓ, ਮੁਰਗੀਆਂ ਕਾਨੂੰ ਪਾਉਂਦੇ ਹਾਂ, ਕਾਂਟੇ ਪਾਓ ਕਾਂਟੇ, ਵਾਲੀਆਂ ਪਾਓ ਵਾਲੀਆਂ। ਸਾਨੂੰ ਮਰਦ ਪੁਣਾ ਚੰਗਾ ਨਹੀਂ ਲੱਗਦਾ, ਆ ਸਾਰੇ ਸਿਰ ਤੋਂ ਵਾਲ ਵੱਡੇ ਹੁੰਦੇ ਨੇ, ਗਿੱਚੀ ਦੇ ਕੋਲੋਂ ਡੇਢ ਹੱਥ ਵਾਲ ਰੱਖੇ ਹੁੰਦੇ ਨੇ, ਜਿਵੇਂ ਮੈਂਸ ਨੇ ਗੁੱਤ ਜੀ ਕੀਤੀ ਹੁੰਦੀ, ਜਿਵੇਂ ਮੈਂਸ ਨੇ ਜੇਲ੍ਹ ਸੁੱਟਣੀ ਹੁੰਦੀ। ਕੰਨਾਂ 'ਚ ਪਾਲੀਆਂ ਮੁਰਗੀਆਂ, ਤੇੜ ਪਾਲੀਆਂ ਸਲਵਾਰਾਂ, ਤੁਹਾਨੂੰ ਕਿਹੜਾ ਕਹਿ ਦੂਗਾ, ਕਲਗੀਧਰ ਦੇ ਪੁੱਤ ਕੋਈ ਕਹਿ ਦੂਗਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਡੇ 'ਤੇ ਟੀਵੀ ਸਿਨੇਮੇ ਜਿੰਨਾ ਵੀ ਅਸਰ ਨਹੀਂ। ਗੁਰਮੁਖੋ ਅੱਜ ਜੀਵਨ ਕਿੱਧਰ ਤੁਰਿਆ ਜਾ ਰਿਹਾ? ਮੈਨੂੰ ਹੁਕਮ ਹੋਇਆ ਸੀ ਪੰਜਾਬ ਦੇ ਹਾਲਾਤਾਂ 'ਤੇ ਬੋਲਣ ਦਾ। ਗੁਰਮੁਖੋ ਕਲਗੀ ਕੁੱਕੜ ਦੇ ਹੁੰਦੀ ਹੈ, ਕੁੱਕੜੀ ਦੇ ਨਹੀਂ। ਜੱਤ ਬੱਬਰ ਸ਼ੇਰ ਦੇ ਹੁੰਦੀ ਹੈ, ਸ਼ੇਰਨੀ ਦੇ ਨਹੀਂ। ਖੰਭ ਮੋਰ ਦੇ ਹੁੰਦੇ ਨੇ, ਮੋਰਨੀ ਦੇ ਨਹੀਂ। ਦਾੜਾ ਮਰਦ ਦੇ ਹੁੰਦਾ, ਔਰਤ ਦੇ ਨਹੀਂ। ਇਹ ਮਰਦ ਪੁਣੇ ਦੀ ਨਿਸ਼ਾਨੀ ਹੈ। ਸਾਕਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਨੱਕ ਵੱਢ ਦਿਓ ਦੁਬਾਰਾ ਨਹੀਂ ਪੁੰਗਰਦੀ, ਅੱਖਾਂ ਕੱਢ ਦਿਓ ਦੁਬਾਰਾ ਨਹੀਂ ਪੁੰਗਰਦੀ, ਲੱਤਾਂ ਵੱਢ ਦਿਓ ਦੁਬਾਰਾ ਨਹੀਂ ਪੁੰਗਰਦੀ। ਇਹ ਕੇਸ ਨੇ, ਜਿੰਨੀ ਵਾਰੀ ਕੱਟੋਗੇ ਉਨੀ ਵਾਰੀ ਪੁੰਗਰ ਪੈਣਗੇ। 147 ਮੁਲਕਾਂ 'ਚ ਆਪਾਂ ਰੋਜ਼ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ। ਦੋ ਗੱਲਾਂ ਇਕੱਠੀਆਂ ਨਹੀਂ ਰਹਿਣੀਆਂ, ਦਿਨ ਵੀ ਹੋਵੇ ਰਾਤ ਵੀ ਹੋਵੇ, ਪਤੀਵਰਤਾ ਵੀ ਹੋਵੇ, ਵੇਸਵਾ ਵੀ ਹੋਵੇ, ਗੁਰਸਿੱਖ ਵੀ ਹੋਵੇ, ਨਾਲ ਸ਼ਰਾਬੀ ਵੀ ਹੋਵੇ, ਦੋ ਗੱਲਾਂ ਦਾ ਮੇਲ ਨਹੀਂ ਹੋ ਸਕਦਾ। ਜੇ ਸ਼ਰਾਬ ਦੇ ਪਿੱਤਿਆਂ ਮੁਕਤੀ ਹੋ ਜਾਣੀ ਹੁੰਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਕੀ ਲੋੜ ਸੀ? ਸ਼ਰਾਬ ਦੇ ਠੇਕੇ ਖੋਲ੍ਹ ਦਿੰਦੇ। 147 ਮੁਲਕਾਂ 'ਚ ਜੇ ਜਾਨਵਰਾਂ 'ਚੋਂ ਸਿੰਘ ਕਿਹਾ ਨਾ ਤਾਂ ਇੱਕ ਸਿੱਖ ਨੂੰ ਕਿਹਾ, ਜੇ ਬੰਦਿਆਂ 'ਚੋਂ ਸਿੰਘ ਕਿਹਾ ਨਾ, ਮਾਫ ਕਰਨਾ, ਜੇ ਜਾਨਵਰਾਂ 'ਚੋਂ ਸਿੰਘ ਕਿਹਾ ਤਾਂ ਇੱਕ ਬੱਬਰ ਸ਼ੇਰ ਨੂੰ ਕਿਹਾ, ਜੇ ਬੰਦਿਆਂ 'ਚੋਂ ਸਿੰਘ ਕਿਹਾ ਨਾ ਤਾਂ ਇੱਕ ਸਿੱਖ ਨੂੰ ਕਿਹਾ। ਜੇ ਕੋਈ ਬੰਦਾ ਕਹੇ ਮੈਂ ਬੱਬਰ ਸ਼ੇਰ ਦੀ ਮੁੱਛ ਨੂੰ ਹੱਥ ਪਾਲਾ ਪਾਲੂਗਾ। ਆ ਚੰਡੀਗੜ੍ਹ ਦੇ ਨੇੜੇ ਛੱਤ ਬਨੂੜ ਪੈਂਦਾ, ਜੂ ਹੈ ਜੂ, ਉੱਥੇ ਸ਼ੇਰ ਰੱਖੇ ਨੇ। ਜੇ ਕਿਸੇ ਨੇ ਤਜਰਬਾ ਕਰਨਾ ਤਾਂ ਸਵੇਰੇ ਜਾ ਕੇ ਕਰ ਲਿਓ। ਜੇ ਕੋਈ ਬੰਦਾ ਕਹੇ ਮੈਂ ਬੱਬਰ ਸ਼ੇਰ ਦੀ ਮੁੱਛ ਨੂੰ ਹੱਥ ਪਾਲਾ ਪਾਲੂਗਾ, ਜੇ ਕੋਈ ਬੰਦਾ ਬੱਬਰ ਸ਼ੇਰ ਦੀ ਮੁੱਛ ਨੂੰ ਹੱਥ ਪਾ ਲਵੇ, ਬੱਬਰ ਸ਼ੇਰ ਜੂੰਦਾ ਵਾਪਸ ਆਣ ਦੇਵੇਗਾ। ਜੇ ਕੋਈ ਬੰਦਾ ਬੱਬਰ ਸ਼ੇਰ ਦੀ ਮੁੱਛ ਨੂੰ ਹੱਥ ਪਾ ਕੇ ਜੂੰਦਾ ਵਾਪਸ ਆ ਜਾਵੇ, ਫਿਰ ਇਹ ਤਾਂ ਕਹਿਣਾ ਪਵੇਗਾ ਨਾ, ਬੱਬਰ ਸ਼ੇਰਾ ਲੱਖ ਲੰਤ ਤੇਰੀ ਜ਼ਿੰਦਗੀ ਨੂੰ। ਉਹ ਇੱਕ ਜਾਨਵਰ ਹੋ ਕੇ, ਇੱਕ ਪਸ਼ੂ ਹੋ ਕੇ
अपनी मुछ नूं हथ नहीं पाण दिंदा। इत्थे डेढ़ आने दा नाई हुंदा, वट वट के मूँह ते चपेड़ा मारदा, वह चपेड़ा नहीं मारदा, वह कहिंदा इस कुर्सी ते भावें हिंदू बैठे भावें मुसलमान बैठे, तू कलगीधर दा सिख हो के कित्थे बह गया, कित्थे गई साडी रहत, रहत प्यारी मुझको सिख प्यारा नहीं। जज दे घरे जन्म लैके सारे जज नहीं बन जाते, जज बनन वास्ते किसे एजुकेशन यानी पढ़ाई की लोड़ है। डॉक्टर दे घरे जन्म लैके सारे डॉक्टर नहीं बन जाते, डॉक्टर बनन वास्ते किसे एजुकेशन यानी पढ़ाई की लोड़ है। सिखां दे घरे जन्म लैके सारे सिख नहीं बन जाते, वो सिख बनन वास्ते किसे रहत मर्यादा की लोड़ है। पहुंचो दिल्ली गुरु की संगत अपनी सूरत की बिरती नूं सीसगंज साहब टिकाण दा यतन करियो। भाई मत्ती दास बैठे ने, भाई सत्ती दास बैठे ने, गुरु के लाल भाई दयाल दास बैठे ने, भाई मत्ती दास माफ करना इत्थे गल जाता दी नहीं, भाई मत्ती दास, भाई सत्ती दास, भाई रखी दास, भाई सखी दास, ये चार भरा सन पंडता दे घराने नाल संबंध रखते सन, एक गुरु के सिख सन, क्योंकि सिख ना ही गुरु की सिक्ख्या धारण करन दा। बंदा बंदे ना धोखा कर जे कोई बहुत वड्डी गल नहीं, दुनिया करती आई है कई वारी भरा भरा ना धोखा कर जांदा, कोई बहुत वड्डी गल नहीं, दुनिया करती आई है कई वारी माँ धी ना धोखा कर जांदी, धी माँ ना धोखा कर जांदी, कोई बहुत वड्डी गल नहीं, दुनिया करती आई है। अज रोना इस गल दा, अज दा सिख ते गुरु ग्रंथ साहिब ना धोखा करी जांदा। कई जाणगे तन मन धन सब तेरा, जे तन गुरु नूं देता नाइयां दीआं दुकानां ते किवें पहुँच गया, जे तन गुरु नूं देता ना ये शराब दे ठेकियां ते किवें पहुँच गया, जे तन गुरु नूं देता अज दी माँ भैन ब्यूटी पार्लरां ते किवें पहुँच गई। ये गुरु घर आऊगा होर किते नहीं जाऊगा। कई जाणगे तन मन धन सब तेरा, पर अगली गल नहीं छड़नी, कब्जा रहूगा मेरा। गुरु अर्जन देव महाराज सुखां दी मणी सुखमनी साहिब विच फरमांदे ने, रैत अवर किच अवर कमावत मन नहीं प्रीत मुखो गंड लावत, माफ करना। भाई मत्ती दास बैठे ने, भाई सत्ती दास बैठे ने, भाई दयाल दास बैठे ने, भाई मत्ती दास दे फतवे लग चुके ने, भाई साहिबुरां दे शरीर नूं दो फट्टियां च फिट करके सिर ते आरा रख के दो फाड़ कर दिते जान, भाई सत्ती दास दे फतवे लग चुके ने, भाई साहिबुरां दे शरीर दे चार चुफेरे रूई लपेट के मिट्टी का तेल सुट के अग ला के जूंदियां नूं शहीद कर दिता जावे। भाई दयाल दास दे फतवे लग चुके ने, एक बहुत वड्डी देग जिदे च पंज मन पानी पैंदा सी, जदों उस देग दा पानी मारे उबाले भाई साहिबुरां दे शरीर नूं उस उबलदे पानी विच रख के आलूआं दी तरह उबाल दिता जावे। ऐ भाई मत्ती दास, ऐ भाई सत्ती दास, ऐ भाई दयाल दास, अपने सिर दे केस कतल करा लो, मैं तुहानू अपनी लड़की दे डोले दे देंगा, तुहाडे नच गीरा लवा देंगा, तुहानू वजीरियां दित्तियां जाणगियां। पर गुरु के लाल कह रहे सन थुक दियां थुक दियां थुक दियां तेरियां लड़कियां दे डोलियां ते, थुक दियां तेरियां जगीरियां ते, थुक दियां तेरियां वजीरियां ते, साडे थुक दी कीमत है, तेरी शही घराने दी लड़कियां दे डोलियां दी कोई कीमत नहीं। गुरु के लाल कह रहे सन सिर जावे ता जावे मेरा सिखी सिदकना, जावे बड़ा हौसला है बड़ा जिगर है, जिंदगी तुर जे जीवन तुर जे मेरा सिखी सिदकना जावे। अज दा सिख कहिंदा सिखी जांदी ता जावे मेरा शराब दा पैग ना जावे, अज दा सिख कहिंदा सिखी जांदी ता जावे माफ करना, अज दी माँ कहिंदी मेरा ब्यूटी पार्लर ते जाण दा समां ना जाए, माफ करना। खोटा सिक्का
हेरा फेरी ठगी ना बाजार विच चल जे, पर खोटे कर्मा वाला सिख कलगी धर दे घर परवान नहीं होना। किन्ने पुत्र सी कलगी धर पाशाह दे, चार सीना लैक संकन लैक, गुरु की संगत गला मेरा बैठ गया है, पर तुसी बोलते नहीं, माफ करना। लैक संकन लैक लैक सन्ना, जिस बापू ने अपने लैक पुत्तां दा लिहाज नहीं किया, जिस बापू ने अपने दो लैक पुत्तां नू गड़ी चमकोर अंदर अपने हत्थी शहीद करवाया, जिस बापू ने अपने दो लैक पुत्तां नू सरांती खुन्नी द्वार वेचनवाया, जिस बापू ने अपने लैक पुत्तां दा लिहाज नहीं किया, ओ बापू साडे वर्गे नलैक सिखां नू माफ कर दूगा। जे आत्मा जूंदी है ना ते अपनी आत्मा की आवाज़ नू सुनो, जे आत्मा मारी गई है ना फिर ते दास कुछ कह नहीं सकता। ये भी हो सकता है किसे दी आत्मा दी थां ते पत्थर ही रखिया होवे, माफ करना। आओ ना, गुरु के लाला ने मुँह तोड़ जवाब दिता है, मैनू एक गल याद आई, माफ करना। सानू वेखो 10 बजे असी कांग्रेसी, सानू वेखो 12 बजे असी जनसंघी, सानू वेखो सवेरे 4 बजे असी अकाली। पीती होवे शराब की बोतल अंदरों भी खाली ते बाहरों भी खाली, सानू वेखो 10 बजे असी कौम निष्ठ, खाधी होवे पाइया भुखी साडी बोधी प्रिष्ट, उत्थे गुरु की करूगा। जदों असी सैकड़िया सी ना अपनी धियां भैणा की इज्जत बचाते रहे, जदों असी करोड़ा च चले गए ना अपनी धियां भैणा की इज्जत गवा बैठे। अज किसी कही अमृत छक के गुरु वाले बन जाओ, कहते श्री साहब कौन पाऊगा, 250 ग्राम की श्री साहब साढ़े गल में नहीं पै सकती, 850 ग्राम की बोतल साड़ी कच्छ में रह सकती। जे इन्हां बीबिया कही बीबियो भैनो मतावो, तुसी अमृत छक के गुरु वालिया बन जाओ, इन्हां बीबिया वास्ते श्री साहब धारण करना ना कश्मीर का मसला बनया। वो भैनो नक् पाड़ के नक् विच नत्थ पाई जा सकती है, कन्न पाड़ के कन्ना च रुमके चुमके तुमके पाए जा सकते ने, श्री साहब पान लग्या तो नहीं नक् पाड़नी पैंदी, श्री साहब पान लग्या तो नहीं कन्न गिनने पैंदे। 5 ककारां का भार 1/2 किलो होना है, असी गुरु वास्ते 1/2 किलो भार चुकन नू तैयार नहीं। जेडे असी क्वंटला पाप किते उन्हां दा भार गुरु चुक लूगा, माफ करना। अज जीवन किधर तुरिया जा रहा है, समा आग्या नहीं देंदा, मैं 5 मिनट होर लैने ने। सारा सरबंस वार के किथे पुजे दमदमा साहब तलवंडी साबो की इलाके, लखां दी गिनती च गुरु के महल, माता सुंदरी ते माता साहब कौर ने आख्या सी ऐ कलगियां वाले आ, अज चढ़दी जवानी अजीत ते जुझार सिंह नजर नहीं आते, अज दुद्ध चुंघदे फतेह सिंह जोरावर सिंह नजर नहीं आते। माफ करना, तुहाडे बापू ने लखां दी गिनती च बांह खड़ी करके आख्या सी कोई लुकी छुपी गल नहीं, अजे इतिहास के पन्निया नू पढ़ के विचारिया जावे, तुहाडे बापू ने सरे आम दोवें बाहां खड़ियां करके एक गल कहती इन पुत्रन के शीस पर। बापू नू पता सी जदों तक मेरी गोदी विच 4 पुत हैगे ने उदों तक सिख नहीं बह सकता। गुरु के सिखा इत्थे तेरे प्यो ने तेनू अपनी गोद विच बिठाउण तो पहला तेरे तो अपनी गोदी दे 4 पुत्र कुर्बान किते, पर मेरे बापू ने कदे नहीं सी सोचिया कि मेरा पुत एक दे नाइयां दीआं दुकानां ते धक्के खावेगा। मेरे गुरु ने कदे नहीं सी सोचिया कि मेरा पुत एक दिन शराब के ठेकियां ते धक्के खावेगा। मेरे गुरु ने कदे नहीं सी सोचिया कि मेरी माँ भैन एक दिन ब्यूटी पार्लरां ते धक्के खावेगी। मेरे गुरु ने पहला गोद खाली की कादे वास्ते, साडे बहन वास्ते, ओ लख लंत साडे सिखां दे जीवन नू असी फिर भी नहीं बह सके। लखां दी गिनती च बांह खड़ी करके आख्या सी ऐ साहब कौर ऐ सुंदरी इन पुत्रन के शीस पर वार दिए सुत चार, 4 मुए तो क्या हुआ जीवत कहीं हजार। दुनिया दे लोकी
ਵਿਆਹਾਂ ਸ਼ਾਦੀਆਂ ਤੇ ਆਪਣੇ ਬੱਚਿਆਂ ਦੇ ਸਿਰਾਂ ਤੋਂ ਸੱਜ ਵਿਆਹੀ ਧੀਆਂ ਨੂੰਹ ਦੇ ਸਿਰ ਤੋਂ ਰੁਪਈਆਂ ਦੇ ਵਾਰਨੇ ਕਰਦੇ ਨੇ। ਇੱਕ ਕਲਗੀਧਰ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਆਪਣੇ ਸਿੱਖਾਂ ਦੇ ਸਿਰਾਂ ਤੋਂ ਆਪਣੇ ਪੁੱਤਰਾਂ ਦੇ ਸਿਰਾਂ ਦੇ ਵਾਰਨੇ ਕੀਤੇ ਨੇ ਖਾਲਸਾ ਜੀ, ਇਹ ਗੱਲ ਕਹਿਣੀ ਪਵੇਗੀ, ਇਹ ਮੰਨਣਾ ਪਵੇਗਾ। ਧੰਨ ਹਿੰਦੂ ਭਰਾ, ਦੁਸ਼ਟ ਰਾਵਣ ਤ੍ਰੇਤਾ ਯੁੱਗ ਵਿੱਚ ਸ਼੍ਰੀ ਰਾਮ ਦੀ ਪਤਨੀ ਮਾਤਾ ਸੀਤਾ ਨੂੰ ਚੁਰਾ ਕੇ ਲੈ ਗਿਆ ਸੀ, ਠੀਕ ਹੈ ਨਾ ਹਿੰਦੂ ਭਰਾ? ਸਾਲ ਦੇ ਸਾਲ ਉਸ ਦੁਸ਼ਟ ਰਾਵਣ ਦਾ ਬੁੱਤ ਬਣਾ ਕੇ ਸਾੜਦੇ ਨੇ। ਤ੍ਰੇਤਾ ਯੁੱਗ ਬੀਤ ਗਿਆ, ਦੁਆਪਰ ਯੁੱਗ ਬੀਤ ਗਿਆ, ਦੋ ਯੁੱਗ ਬੀਤ ਗਏ, 5000 ਤੋਂ ਉੱਤੇ ਅਤੇ 7000 ਦੇ ਨੇੜੇ ਕਲਯੁੱਗ ਵੀ ਬੀਤਣ ਵਾਲਾ। ਧੰਨ ਹਿੰਦੂ ਭਰਾ, ਦੁਸ਼ਟ ਰਾਵਣ ਦੀ ਤਰਫੋਂ ਕੀਤੀ ਗਈ ਮਾਤਾ ਸੀਤਾ ਦੀ ਨਰਾਦਰੀ ਨੂੰ ਹਿੰਦੂ ਭਰਾ ਅਜੇ ਤੱਕ ਨਹੀਂ ਭੁੱਲੇ। ਉਹ ਲੱਖ ਲੰਤ ਸਾਡੇ ਸਿੱਖਾਂ ਦੇ ਜੀਵਨ ਨੂੰ, ਅਜੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਨੂੰ 600 ਸਾਲ ਵੀ ਨਹੀਂ ਹੋਏ, ਅਜੇ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ 500 ਸਾਲ ਵੀ ਨਹੀਂ ਹੋਏ, ਅਜੇ ਤਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ 500 ਵਰੇ ਵੀ ਨਹੀਂ ਹੋਏ। ਅਸੀਂ ਸਤਿਗੁਰ ਪਾਤਸ਼ਾਹ ਦੇ ਕਿੱਤੇ ਪਰੋਪਕਾਰਾਂ ਨੂੰ ਭੁੱਲ ਗਏ ਹਾਂ। ਜਿਹੜਾ ਕਿਸੇ ਦੇ ਕਿੱਤੇ ਪਰੋਪਕਾਰਾਂ ਨੂੰ ਭੁੱਲ ਜੇ ਨਾ, ਉਹਨੂੰ ਅਕਿਰਤਕਨ ਦੱਸਿਆ, ਅਕਿਰਤਕਨ ਦਾ ਭਾਰ ਤੇ ਧਰਤੀ ਵੀ ਨਹੀਂ ਚੱਲ ਸਕਦੀ। ਸਿੱਖਿਆ ਲੈਣੀ ਚਾਹੀਦੀ ਹੈ ਦੂਜੇ ਧਰਮਾਂ ਦੇ ਲੋਕਾਂ ਪਾਸੋਂ। ਹਿੰਦੂ ਭਰਾ ਆਪਣੇ ਬੱਚਿਆਂ ਦਾ ਮੁੰਡਨ ਦਿਨ ਮਨਾਉਂਦੇ ਨੇ, ਮੁਸਲਮਾਨ ਭਰਾ ਆਪਣੇ ਬੱਚਿਆਂ ਦਾ ਸੁੰਨਤ ਦਿਨ ਮਨਾਉਂਦੇ ਨੇ। ਉਹ ਬਦਕਿਸਮਤੀ ਸਾਡੀ ਸਿੰਘੋ ਕਿ ਅਸੀਂ ਕਦੇ ਆਪਣੇ ਬੱਚਿਆਂ ਦਾ ਅੰਮ੍ਰਿਤਪਾਨ ਦਿਨ ਮਨਾਇਆ। ਅਸੀਂ ਬੱਚਿਆਂ ਦਾ ਅੰਮ੍ਰਿਤਪਾਨ ਦਿਨ ਕਿੱਥੋਂ ਮਨਾਉਣਾ ਹੈ? ਉਮਰਾਂ ਬੀਤ ਚੱਲੀਆਂ, ਅਸੀਂ ਤਾਂ ਆਪਣਾ ਹੀ ਅੰਮ੍ਰਿਤਪਾਨ ਦਿਨ ਨਹੀਂ ਮਨਾ ਸਕੇ, ਬੱਚਿਆਂ ਦਾ ਅੰਮ੍ਰਿਤਪਾਨ ਦਿਨ ਕਿੱਥੋਂ ਮਨਾਉਣਾ? ਕਦੇ ਕਿਸੇ ਹਿੰਦੂ ਭਰਾ ਨੇ ਆਖਿਆ ਜਨੇਯੂ ਪਾਉਣ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ? ਕਦੇ ਕਿਸੇ ਮੁਸਲਮਾਨ ਭਰਾ ਨੇ ਆਖਿਆ ਸੁੰਨਤ ਕਰਾਉਣ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ? ਉਹ ਬਦਕਿਸਮਤੀ ਸਾਡੀ ਸਿੰਘੋ, ਜੇ ਕਿਸੇ ਨੂੰ ਕਹੀਏ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਓ, ਕਹਿੰਦੇ ਅੰਮ੍ਰਿਤ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ। ਜਦੋਂ ਰਾਮ ਚੰਦਰ 14 ਸਾਲ ਦਾ ਬਨਵਾਸ ਕੱਟਣ ਜਾ ਰਹੇ ਸੀ ਨਾ, ਰਾਜਾ ਦਸ਼ਰਥ ਚੁਬਾਰੇ 'ਤੇ ਚੜ੍ਹ ਕੇ ਵੇਖਦਾ ਸੀ, ਜਿੱਥੇ ਤੱਕ ਉਹਦੀ ਨਜ਼ਰ ਜਾਂਦੀ ਸੀ ਉਹ ਵੇਖਦਾ ਗਿਆ। ਜਦੋਂ ਪੁੱਤ ਅੱਖਾਂ ਸਾਹਮਣੇ ਉਹ ਵੇਖਣਾ ਬੰਦ ਹੋ ਗਿਆ ਨਾ, ਚੁਬਾਰੇ ਤੋਂ ਛਾਲ ਮਾਰ ਕੇ ਮਰ ਗਿਆ। ਇਬਰਾਹਿਮ ਜਦੋਂ ਉਹਦੇ ਪੁੱਤਰ ਦੀ ਗਰਦਨ 'ਤੇ ਲੱਗੇ ਛੁਰੀ ਰੱਖਣ, ਉਹਦੀਆਂ ਅੱਖਾਂ ਬੰਦ ਹੋ ਗਈਆਂ ਸਨ। ਆਪਣੇ ਬਾਪੂ ਦਾ ਜੀਵਨ ਪੜ੍ਹ ਕੇ ਵੇਖੋ ਨਾ, ਤੇ ਤੁਹਾਡੇ ਬਾਪੂ ਨੇ ਰਾਜੇ ਦਸ਼ਰਥ ਦੀ ਤਰ੍ਹਾਂ ਚੁਬਾਰੇ ਤੋਂ ਛਾਲ ਮਾਰੀ ਏ, ਨਾ ਤੁਹਾਡੇ ਬਾਪੂ ਨੇ ਇਬਰਾਹਿਮ ਦੀ ਤਰ੍ਹਾਂ ਅੱਖਾਂ ਬੰਦ ਕੀਤੀਆਂ ਨੇ। ਉਹ ਲੜਦੇ ਲੜਦੇ ਹੋ ਗਿਆ ਜੇ ਸ਼ਹੀਦ ਅਜੀਤ ਪਿਆਰਾ, ਉਦੋਂ ਕਲਗੀਆਂ ਵਾਲੇ ਪਾਤਸ਼ਾਹ ਛੱਡਿਆ ਜਾ ਕਰ, ਮਾਫ਼ ਕਰਨਾ ਸਮਾਂ ਆਗਿਆ ਨਹੀਂ ਦਿੰਦਾ। ਇੱਕ ਦਿਨ ਮਾਂ ਗੁਜਰੀ ਦੇ ਵਿਹੜੇ, ਇੱਕ ਦਿਨ ਮਾਂ ਗੁਜਰੀ ਦੇ ਵਿਹੜੇ ਮਹਿਫਲ ਖੁਸ਼ੀਆਂ ਦੀ ਲੱਗਦੀ ਸੀ, ਖੇਡਦੇ ਸੀ ਫੁੱਲ ਖੁਸ਼ੀ ਦੇ, ਕੁਦਰਤ ਵੀ ਹੱਸਦੀ ਸੀ। ਇੱਕ ਦਿਨ ਫੁੱਲ ਖੁਸ਼ੀ ਦੇ ਬਣ ਗਏ ਅੰਗਿਆਰ ਜੀ, ਸਰਸਾ ਕੰਡੇ ਪਿਛੜ ਗਿਆ ਸਾਰਾ ਪਰਿਵਾਰ ਜੀ, ਹੌਲੀ ਹੌਲੀ ਚੁਪਕੇ ਚੁਪਕੇ ਸਮਾਂ ਖੇਡ ਕੋਈ ਚਾਲ ਗਿਆ, ਹੌਲੀ ਹੌਲੀ ਚੁਪਕੇ ਚੁਪਕੇ ਸਮਾਂ ਖੇਡ ਕੋਈ ਚਾਲ ਗਿਆ। ਨਾ ਤਾਜ ਰਿਹਾ, ਨਾ ਬਾਜ ਰਿਹਾ, ਨਾ ਰਾਜ ਰਿਹਾ, ਨਾ ਨੀਲਾ ਘੋੜਾ ਰਿਹਾ, ਨਾ ਚਰਨਾਂ ਵਿੱਚ ਜੋੜਾ ਰਿਹਾ। ਮਾਫ਼ ਕਰਨਾ, ਮੈਂ ਕਈ ਵਾਰੀ ਕਥਾ ਦੇ ਵਿੱਚ ਗੱਲ ਕਰਦਾ, 45 ਕੋ ਰਾਜ ਸਭਾ ਮੈਂ 9ਵੇਂ ਪਾਤਸ਼ਾਹ ਨੇ ਦ੍ਰੋਪਦੀ ਦਾ ਜ਼ਿਕਰ ਕੀਤਾ, 45 ਕੋ ਰਾਜ ਸਭਾ ਮੈਂ 45 ਪੰਚਾਲ ਦੇ ਰਾਜੇ ਦੀ ਬੇਟੀ ਦ੍ਰੋਪਦੀ, 45 ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ। ਦੁਆਪਰ ਯੁੱਗ ਵਿੱਚ ਇੱਕ ਕ੍ਰਿਸ਼ਨ ਭਗਵਾਨ ਨੇ ਦ੍ਰੋਪਦੀ ਦੇ ਪਰਦੇ ਟੱਕੇ ਸਨ, ਉਹ ਮੇਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਭਾਰਤੀ ਧਰਤੀ 'ਤੇ ਵਸਣ ਵਾਲੀਆਂ ਕਰੋੜਾਂ ਦ੍ਰੋਪਦੀਆਂ ਦੇ ਪਰਦੇ ਟੱਕੇ ਨੇ ਖਾਲਸਾ ਜੀ। ਮਾਫ਼ ਕਰਨਾ, ਅੱਜ ਕਹਿੰਦੇ ਜ਼ਮਾਨਾ ਬਦਲ ਗਿਆ, ਅੱਜ ਕਹਿੰਦੇ ਜ਼ਮਾਨਾ ਬਦਲ ਗਿਆ। ਜ਼ਮਾਨਾ ਪਵੇ ਖੂਹ ਖਾਤੇ ਵਿੱਚ, ਬਦਲ ਜਾਵੇ ਅਮਰੀਕਾ, ਬਦਲ ਜਾਵੇ ਏਸ਼ੀਆ, ਬਦਲੇ ਅਫਗਾਨਿਸਤਾਨ, ਬਦਲੇ ਜਰਮਨ, ਬਦਲੇ ਜਾਪਾਨ, ਬਦਲੇ ਇਰਾਕ, ਬਦਲੇ ਇਰਾਨ, ਬਦਲੇ ਇਟਲੀ, ਬਦਲੇ ਤਹਿਰਾਨ, ਬਦਲੇ ਪਾਕਿਸਤਾਨ, ਬਦਲੇ ਬਾਬਾ ਹਿੰਦੁਸਤਾਨ, ਬਦਲੇ ਜ
जिथे चिने गए पोत्रे विच नीआं ऐ पर अजे नहीं ओ निशान बदले। माफ करना मैं कई बारी सोचदा किसे दी कुल चोरां दी, प्यो चोर, दादा चोर, पड़दादा चोर, पुत्र चोर, पोत्रे चोर, किसे दी कुल ठगां दी, प्यो ठग, पुत्र ठग, पोत्रे ठग, पड़ पोत्रे ठग, किसे दी कुल शराबियां दी, प्यो शराबी, दादा शराबी, पड़दादा शराबी, पुत्र शराबी, पोत्रे शराबी। ओ किसे दी कुल चोरां दी तुरी आउंदी सी, ओ किसे दी कुल ठगां दी तुरी आउंदी सी, ओ किसे दी कुल शराबियां दी तुरी आउंदी सी। ओ धन गुरु गोबिंद सिंह महाराज जिहदी कुल शहीदां दी तुरी आउंदी सी। खालसा जी, समा आग्या नहीं दिंदा, उच्चे देख के मैल महाजना दे झुग्गी अपनी ढोण दा की फायदा है, साध हो के मन नूं साधिया ना एवें जटा वधाउण दा की फायदा है, गुरसिख हो के बाणी नूं मन्निया ना एवें गुरसिख होण दा की फायदा है, बंदा हो के कीती बंदगी ना एवें बंदा कहाउण दा की फायदा है। मैं जांदी वारी एक बेनती कर जावां, सब तों पहला धन्नवाद श्रोमणी अकाली दल दिल्ली दे एन पी वीर जी, सोनू वीर जी जिन्हां ने यह समागम उलकिया, अमरवीर जी माफ करना। मैं एक बेनती करनी चाहना, पिछले दिनी एन पी वीर जी ने इस इलाके विच गुरमत समागम के पोस्टर लगाए सन, माफ करना मैं कथावाचक हाँ, मैं किसी पार्टी का गुलाम नहीं, मैनू स्टेज पर सच बोलन का हुक्म है, मैं तो निरपक्ष होकर स्टेज पर गल करदा, माफ करना। पिछले दिनी गुरुद्वारा किरण गार्डन के सामने पोस्टर लगा गुरमत इश्तिहार, माफ करना। इश्तिहार के उपर हैडिंग देखो 350 साल गुरु गोबिंद सिंह के नाल, गुरु गोबिंद सिंह का असी आगमन पुरब मना रहे हैं, माफ करना। मैं उन्हां वीरां नूं पुछना चाहना वा जिन्हां ने यह पोस्टर पाड़े, मैं उन्हां वीरां नूं पुछना चाहना वा उस पोस्टर के उपर मेरे गुरु गोबिंद सिंह जी का नाम सी, यह एन पी सिंह के घर का प्रोग्राम नहीं सी, ए मेरे गुरु गोबिंद सिंह की याद नूं समर्पित 350 साल प्रोग्राम उलीकिया गया सी। मैं उन्होंने पूछना चाहना, मेरे गुरु गोबिंद सिंह ने सिखा तेरे लिए की नहीं किया, तेरे लिए पुत्र वारे, तेरे लिए पिता वारिया, तेरे लिए माता वारी, तेरे लिए सरपंच वारिया। मैं उन्होंने वीरां नूं पूछना चाहना जिन्हां ने पोस्टर पढ़ के एक गलती की, हो सकता है तुहाडे राजनीतिक मामले च आपसी लड़ाईबाजी हो सकती है, पर उहदे च तुसीं मेरे गुरु दा इश्तिहार ते ना पढ़ो, तुसीं मेरे गुरु गोबिंद सिंह दा नाम ते ना पढ़ो। मैं अज स्टेज ते गुरु ग्रंथ साहिब दी हजूरी च निरपक्ष हो के एक गल कहनी चाहना, मैं किसी का गुलाम नहीं, जिन्हें मेरे गुरु गोबिंद सिंह दे पोस्टर पाड़े ने ना, समा आवेगा, माफ करना, मेरे गुरु साहब इन्हां दियां जड़ां पट के रख देंगे। खालसा जी इतनियां कु बेनतियां प्रवान करना, बोलदियां दास कोल अनेक प्रकार दियां भुल्लां गलतियां हो गईयां होणगियां। मैं बेनती करनी चाहना, एक गल नूं बहुते लोगों नूं बहुत चुभी होवेगी, हो सकता मैनू रोकण दा यतन भी किया जाए, पर मैं इस गल की परवाह नहीं करता। जे किसी च दम है ना गुरु ग्रंथ साहिब की हजूरी मैनू स्टेज पर आके गोली मार दे, जे मैं किसी पार्टी के हक च बोलिया होवां या मैं किसी के खिलाफ बोलिया होवां, मैं सिर्फ इस करके बोलिया क्योंकि जिथे मेरे गुरु की गल आ गई मैं उत्थे बर्दाश्त नहीं कर सकता। क्यों, हो सकता है तुसी अज गुरु साहब के पोस्टर पाड़े, पर पिछले 1.5 साल तो पंजाब विच जो मेरे गुरु ग्रंथ साहब के अंग पाड़ के गलियां गलियां विच रोले गए, तुहाडे को एक गुरु गोबिंद सिंह का पोस्टर बर्दाश्त नहीं, तुसी गुरु ग्रंथ साहब की बेदबी कितों रोक लोगे जाके। माफ करना, समा आग्या नहीं दिंदा, नज़र तो एक होती है, नज़ारे बदल जाते हैं, मंजिल तो एक होती है, इशारे बदल जाते हैं, कहानी तो एक होती है पर बुलारे बदल जाते हैं। बुलाओ फतेह, आखो जी वाहे गुरु जी का खालसा, वाहे गुरु जी की।